ਵੀਕਐਂਡ ਤੇ ਆਉਨੇ ਹੋ ਕਿ ਵੀਕਡੇ ਚ ਵੀ ਆਉਨੇ ਹੋ ਨਾ ਨਾ ਵੀਕਐਂਡ ਤੇ ਬਈ ਨਜ਼ਾਰੇ ਲੁੱਟੀਦੇ ਆ ਤੇ ਕੀ ਜਿਹੜੀ ਸਟ੍ਰੈਸ ਹੁੰਦੀ ਆ ਪੂਰੇ ਵੀਕ ਦੀ ਉਹ ਲਾਉਣ ਲਈ ਆਉਨੇ ਹੋ ਕਿ ਕਿਵੇਂ ਬਸ ਨਜ਼ਾਰੇ ਲੈਣ ਆਉਨੇ ਖੁਦ ਹੀ ਪੜਦੇ ਆ ਜਿਹੜੇ ਬੱਚੇ ਆਪਣੇ ਇੱਥੇ ਫਿਰ ਸਟ੍ਰੈਸ ਦੇ ਵਿੱਚ ਰਹਿੰਦੇ ਉਹਨਾਂ ਨੂੰ ਵੀ ਕੋਈ ਮੈਸੇਜ ਦਿਓ ਵਿਚਾਰੇ ਉੱਥੇ ਬੈਠੇ ਰਹਿੰਦੇ ਉਹਨਾਂ ਨੂੰ ਕੋ ਆਓ ਬਾਈ ਬਈ ਆਉਣਾ ਚਾਹੀਦਾ ਉਹਨਾਂ ਨੂੰ ਸਾਰੀ ਸਟ੍ਰੈਸ ਨਿਕਲੂ ਅੰਦਰੋਂ ਲਾ ਕੇ ਦੋ ਦੋ ਹੁਣ ਉਹ ਕਹਿੰਦੇ ਟੈਨਸ਼ਨਾਂ ਤਾਂ ਪੈਂਦੀਆਂ ਰਹਿਣੀਆਂ ਕੰਮ ਕਾਰ ਤਾਂ ਆਉਂਦੇ ਰਹਿਣੇ ਆ ਪਰ ਜਿਹੜਾ ਵੀਕਐਂਡ ਤੇ ਜਿਹੜਾ ਸਟ੍ਰੈਸ ਆ ਉਹ ਸਾਰਾ ਅਸੀਂ ਇੱਥੇ ਆ ਕੇ ਖੁਸ਼ੀ ਨਾਲ ਇੱਕ ਦੂਜੇ ਨਾਲ ਰਲ ਕੇ ਭੰਗੜੇ ਪਾ ਕੇ ਅਸੀਂ ਇਹ ਸਟ੍ਰੈਸ ਲਾਉਂਦੇ ਹਾਂ ਸਰੀ ਤੋਂ ਇੱਥੇ ਆਏ ਹਾਂ ਵੀਰੇ ਇੱਥੇ ਜਿਵੇਂ ਬਿਲਡਿੰਗਾਂ ਬੁਲਡਿੰਗਾਂ ਨੇ ਨਾ ਵਧੀਆ ਨੇ ਇੱਥੇ ਜਿਵੇਂ ਆਪਾਂ ਲਾ ਲਈਏ ਤੂੰ ਇੰਡੀਆ ਦੇ ਹਿਸਾਬ ਨਾਲ ਚੰਡੀਗੜ੍ਹ ਆਏ ਹੋਏ ਆ ਅਤੇ ਸਰੀ ਤਾਂ ਐਂ ਚੱਕਰ ਆ ਜਿਵੇਂ ਪੰਜਾਬ ਆ ਇੱਕ ਦੂਆ ਪੰਜਾਬ ਵਸਿਆ ਹੋਇਆ ਸਰੀ ਦੇ ਵਿੱਚ ਦਰਖਤ ਦਰੁਖਤ ਵਧੀਆ ਨੇ ਫੁੱਲ ਫੁੱਲ ਬਾਈ ਉੱਥੇ ਤਾਂ ਜਿਵੇਂ ਮੋਟਰਾਂ ਬਣੀਆਂ ਹੋਈਆਂ ਨੇ ਲੋਕਾਂ ਦੀਆਂ ਮੋਟਰਾਂ ਦੇ ਮਹਿਫਲਾਂ ਲੱਗਦੀਆਂ ਨੇ ਆਪਣੇ ਫਾਰਮ ਹਾਊਸਾਂ ਦੇ ਵਧੀਆ ਕੰਮ ਚੱਲਦਾ ਉਹ ਕੰਮ ਆ ਉੱਥੇ ਦਾ ਵਧੀਆ ਹਾਂ ਇਹ ਸ਼ਹਿਰ ਵਾਂਗੂ ਆ ਉਹ ਪਿੰਡ ਵਾਂਗੂ ਆ ਘੁੰਡ ਮਤਲਬ ਕੀ ਕਹਿੰਦਾ ਜਦੋਂ ਨੱਚਣ ਸ਼ੁਰੂ ਹੋ ਗਿਆ ਤੇ ਵਿਹੜਾ ਛੋਟਾ ਵੱਡਾ ਸਾਰੇ ਭਰਾਵਾਂ ਨੂੰ ਨਾ ਜਿੰਨੇ ਵੀ ਭੈਣ ਭਰਾਵਾਂ ਨੇ ਆਉਣਾ ਹਨਾ ਸਟੂਡੈਂਟ ਆਓ ਬਹੁਤ ਵਧੀਆ ਕੰਟਰੀ ਆ ਸਫਲ ਹੁੰਦਾ ਬੰਦਾ ਮਿਹਨਤ ਦਾ ਮੁੱਲ ਪੈਂਦਾ ਪਰ ਇੱਕ ਚੀਜ਼ ਮੈਂ ਇਹ ਕਹਿੰਦਾ ਵਾਂ ਅੱਜ ਦਾ ਮਾਹੌਲ ਦੇਖ ਕੇ ਅੰਟਾਰੀਓ ਚੂਜ਼ ਕਰਦੇ ਹੋ ਅੰਟਾਰੀਓ ਆਓ ਇਕੱਲਾ ਬ੍ਰੈਂਪਟਨ ਮਿਸ਼ੀਸਾਗਾ ਨਾ ਚੂਜ਼ ਕਰੋ ਬ੍ਰੈਂਪਟਨ ਨਾ ਆਓ ਕਾਹ ਤੋਂ ਕਰਾਊਡ ਜ਼ਿਆਦਾ ਹੋ ਗਿਆ ਖਰਚਾ ਜ਼ਿਆਦਾ ਆ ਇੱਦੂ ਵਧੀਆ ਆਪਾਂ ਖਿੰਡ ਜੀਏ ਤਾਂ ਬੈਸਟ ਰਵਾਂਗੇ ਨਾਲੇ ਕੰਮ ਮਿਲ ਜੂ ਨਾਲੇ ਜਿਹੜੀ ਚੀਜ਼ ਲਈ ਮੋਟਿਵ ਲਈ ਆ ਉਹ ਮੋਟਿਵ ਪੂਰਾ ਹੋਊਗਾ ਆਪਣਾ ਆਪਣੇ ਜਿਵੇਂ ਆਟਵਾ ਵਗੈਰਾ ਬਾਹਰ ਕਾਫੀ ਕੰਟਰੀਆਂ ਛੋਟੇ ਛੋਟੇ ਆ ਬਹੁਤ ਵਧੀਆ ਨਾ ਯਾਰ ਵੀ ਸੌਖੀ ਆ ਅਤੇ ਸਾਰਾ ਕੁਛ ਵਧੀਆ ਉੱਥੇ ਉਰੇ ਆਪਾਂ ਸਟੂਡੈਂਟ ਆਪਣਾ ਭਾਈਚਾਰਾ ਆਪਾਂ ਵੀ ਸਟੂਡੈਂਟ ਆਏ ਸੀ ਅਸੀਂ ਐਂ ਨਹੀਂ ਕਹਿੰਦੇ ਵੀ ਸਟੂਡੈਂਟ ਕਿਉਂ ਆਉਂਦੇ ਨੇ ਬਟ ਆਪਣਾ ਮਾੜਾ ਮਾੜਾ ਜੇ ਆਪਾਂ ਖੇਡਾਂਗੇ ਨਾ ਆਪਣੇ ਵਾਸਤੇ ਵੀ ਵਧੀਆ ਹੁਣ ਜਿਹੜੇ ਪੁਰਾਣੇ ਤਾਂ ਬੈਠੇ ਹੀ ਬੈਠੇ ਨੇ ਘਰ ਨਵੇਂ ਵੀ ਆ ਕੇ ਹੁਣ ਘਰੇ ਬੈਠੇ ਨੇ ਸਾਰੇ ਜਿਹੜਾ ਮੇਰਾ ਵੀਰ ਭਾਈ ਵਿਆਹ ਕੇ ਆਉਂਦਾ ਨਾ ਮਿਹਨਤ ਆ ਯਾਰ ਬਾਈ ਸੱਚੀ ਕਹਿੰਦਾ ਮਹਾਰਾਜ ਦੇ ਮੂਹਰੇ ਤੁਸੀਂ ਲਾਵਾਂ ਲੈਣੀਆਂ ਹੁੰਦੀਆਂ ਨੇ ਸੋ ਉਹ ਚੀਜ਼ ਨੂੰ ਪੂਰਾ ਕਰੋ ਹਨਾ ਇਹ ਨਾ ਆਪਦੇ ਮਾਪ ਆਪਦੇ ਬਾਪ ਦੇ ਪੱਗ ਨੂੰ ਜਾਂ ਮਾਂ ਹਨਾ ਕੋਈ ਵੀ ਚਾਹੇ ਕੁੜੀ ਚਾਹੇ ਮੁੰਡਾ ਵਾ ਆਪਾਂ ਇਹ ਨਹੀਂ ਕਹਿੰਦੇ ਆਪਦੇ ਪਿਓ ਦੀ ਪੱਗ ਨੂੰ ਦਾਗ ਨਾ ਲਾਓ ਦੇ ਦਿਓ ਸਾਰੇ ਵੀਰ ਫਤਿਹ ਜਿਹਾ ਮਾਹੌਲ ਖੁਸ਼ ਐਨ ਇੱਕ ਨੰਬਰ ਮਾਹੌਲ ਹੈ ਜਿਹਦੇ ਤਾਰੇ ਦੇ ਕਹਿਣਗੂ ਸਿਰਾ ਹੋਇਆ ਪਿਆ ਭਾਵੇਂ ਟੇਡਿਆਂ ਨੀ ਰਾਹ ਤੱਤੀ ਲੱਗੀ ਨਹੀਂ ਉਹ ਵਾਹ ਨਹੀਂ ਉਹ ਕੀਤੀ ਪਰ ਵਾਹ ਦੇਖ ਪਾਇਆ ਪਿਆ ਗਾ ਕਿਵੇਂ ਇੱਥੋਂ ਤੱਕ ਆਇਆ ਕਦੇ ਭੁੱਲੇ ਨਾ ਭੁਲਾਇਆ ਲਿਖਾ ਪੰਨਿਆਂ 'ਤੇ ਪਹਿਲਾਂ ਜਿਹੜਾ ਇੱਕ ਗਾਇਆ ਆਇਆ ਸਿਖਰਾਂ 'ਤੇ ਦੇਖ ਨਹੀਂ ਮੈਂ ਤਾਂ ਕਰਕੇ ਮੰਗੇ ਪਿੱਠ 'ਤੇ ਦਵਾਵਾਂ ਮੇਰੀ ਮਾਂ ਕਰਕੇ ਹੋਰ ਨਾਲ ਕਿਹੜਾ ਹੁੰਦਾ ਸਾਰੇ ਕਰਦੇ ਪਖੰਡ ਮੂੰਹੋਂ ਕੌੜਾ ਘੁੱਟ ਬੋਲ ਸਾਲੇ ਭਾਲ ਦਿਆ ਖੰਡ ਬੰਦੇ ਚੰਡਦਾਰ ਕੰਨ ਨਹੀਂ ਮੈਂ ਭੰਡਦਾਰ ਕੰਨ ਜਾਣਾ ਸੇਵਿਆਂ 'ਤੇ ਤੱਕ ਨਹੀਂ ਮੈਂ ਵੰਡਦਾਰ ਕੰਨ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੈਂ ਭੁਪਿੰਦਰ ਗਰੇਵਾਲ ਅੱਜ ਅਸੀਂ ਟੋਰੋਂਟੋ ਵਿਖੇ ਮੌਜੂਦ ਹਾਂ ਅਤੇ ਡੰਡਾਸ ਸਕੁਆਇਰ ਦੇ ਉੱਪਰ ਜਿੱਥੇ ਵੀਕਐਂਡ ਦਾ ਜਦੋਂ ਟਾਈਮ ਆਉਂਦਾ ਵਾ ਵੀ ਸਾਰੇ ਆਪਣੇ ਵੀਕ ਦੀ ਜਿਹੜੀ ਥਕਾਨ ਆ ਉਹ ਇੱਥੇ ਆ ਕੇ ਮਿਟਾਉਂਦੇ ਨੇ ਔਰ ਸਾਡੇ ਨਾਲ ਕੁਝ ਪੰਜਾਬੀ ਨੌਜਵਾਨ ਉਹਨਾਂ ਨੂੰ ਪੁੱਛਦਾ ਸੋ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਵੀ ਭਰਾ ਇੰਜੋਏ ਚੱਲ ਰਿਹਾ ਪੂਰਾ ਹੀ ਪੂਰਾ ਕਿਹੜਾ ਏਰੀਆ ਆਪਣਾ ਪਿੱਛੇ ਸੰਗਰੂਰ ਜੀ ਤੇ ਇਹ ਵੀਕਐਂਡ ਤੇ ਆਉਨੇ ਹੋ ਕਿ ਵੀਕਡੇ ਚ ਵੀ ਆਉਨੇ ਨਾ ਨਾ ਵੀਕਐਂਡ ਤੇ ਬਾਈ ਨਜ਼ਾਰੇ ਲੁੱਟੀਦੇ ਆ ਕੀ ਜਿਹੜੀ ਸਟ੍ਰੈਸ ਹੁੰਦੀ ਆ ਪੂਰੇ ਵੀਕ ਦੀ ਉਹ ਲਾਉਣ ਲਈ ਆਉਂਦੇ ਹੋ ਕਿ ਕਿਵੇਂ ਬਸ ਨਜ਼ਾਰੇ ਲੈਣ ਆਉਣੇ ਖੁਦ ਹੀ ਪੜਦੇ ਆ ਪੂਰਾ ਐਨ ਹੱਸਦਾ ਹੈ ਪੂਰਾ ਸਿਰ ਕੋਈ ਚੱਕਰ ਨਹੀਂ ਸਾਰੀ ਦਿਹਾੜੀ ਕੰਮ ਹੀ ਕਰਨਾ ਇੱਕ ਤਾਂ ਦਿਨ ਮਿਲਦਾ ਪੈਸਾ ਕਿਹੜਾ ਨਾਲ ਲੈ ਕੇ ਜਾਣਾ ਕਿਸੇ ਨੇ ਪੈਸਾ ਵੀ ਨਾਲ ਲੈ ਕੇ ਗਿਆ ਬਈ ਇੰਜੋਏ ਕਰਦੇ ਆ ਜਿਹੜੇ ਬੱਚੇ ਆਪਣੇ ਇੱਥੇ ਫਿਰ ਸਟ੍ਰੈਸ ਦੇ ਵਿੱਚ ਰਹਿੰਦੇ ਉਹਨਾਂ ਨੂੰ ਵੀ ਕੋਈ ਮੈਸੇਜ ਦਿਓ ਵਿਚਾਰੇ ਉੱਥੇ ਬੈਠੇ ਰਹਿੰਦੇ ਉਹਨਾਂ ਨੂੰ ਕੋ ਆਓ ਬਾਈ ਬਈ ਆਉਣਾ ਚਾਹੀਦਾ ਉਹਨਾਂ ਨੂੰ ਸਾਰੀ ਸਟ੍ਰੈਸ ਨਿਕਲੂ ਅੰਦਰੋਂ ਲਾ ਕੇ ਦੋ ਦੋ ਹੁਣ ਮਾੜਾ ਮਾੜਾ ਹੋ ਗਿਆ ਫੇਰ ਹੀ ਨੱਚਿਆ ਜਾਂਦਾ ਸੁੱਕੇ ਬੰਦੇ ਦਾ ਸਟੈਪ ਹੀ ਨਹੀਂ ਹਿੱਲਦਾ ਫੇਰ ਹੀ ਨੱਚਿਆ ਜਾਂਦਾ ਸਾਡੇ ਪੰਜਾਬੀਆਂ ਨੇ ਚੱਲਦੇ ਨੇ ਉਹ ਦੂਜੇ ਨਾਲ ਠੁਮਕੀ ਠੁਮਕੇ ਵਾਲੇ ਆਪਣੇ ਤਰ੍ਹਾਂ ਆਪਣੇ ਚੱਲਦੇ ਨੇ ਥਾਪੀ ਵਾਲੇ
ਸੋ ਤੁਸੀਂ ਦੇਖੋ ਕਿਸ ਤਰ੍ਹਾਂ ਨੌਜਵਾਨ ਜਿਹੜੇ ਆਪਣੇ ਪੂਰੇ ਵੀਕ ਦੀ ਜਿਹੜੀ ਸਟ੍ਰੈਸਾਂ ਕਿਵੇਂ ਲਾਉਂਦੇ, ਉਹ ਕਹਿੰਦੇ ਟੈਨਸ਼ਨਾਂ ਤਾਂ ਪੈਂਦੀਆਂ ਰਹਿਣੀਆਂ, ਕੰਮ ਕਾਰ ਤਾਂ ਆਉਂਦੇ ਹੀ ਰਹਿਣੇ ਆ, ਪਰ ਜਿਹੜਾ ਵੀਕਐਂਡ 'ਤੇ ਜਿਹੜਾ ਸਟ੍ਰੈਸ ਆ ਉਹ ਸਾਰਾ ਅਸੀਂ ਇੱਥੇ ਆ ਕੇ ਖੁਸ਼ੀ ਨਾਲ ਇੱਕ ਦੂਜੇ ਨਾਲ ਰਲ ਕੇ ਭੰਗੜੇ ਪਾ ਕੇ ਅਸੀਂ ਇਹ ਸਟ੍ਰੈਸ ਲਾਉਂਦੇ ਹਾਂ। ਕੀ ਨਾਮ ਆ ਬਾਈ? ਸੁਖ ਅਮਨ ਬਾਈ, ਕਦੋਂ ਤੋਂ? ਕਿਹੜੀ ਜਗ੍ਹਾ ਤੋਂ? ਕਦੋਂ ਤੋਂ? ਊਂ ਸਰੀ ਤੋਂ ਰਹਿਣਾ, ਸਰੀ ਤੋਂ ਉਰੇ ਘੁੰਮਣ ਆਇਆ ਹੋਇਆ। ਘੁੰਮਣ ਆਏ ਹੋਏ? ਹਾਂ ਹਾਂ। ਕਿੱਦਾਂ ਲੱਗਿਆ ਫਿਰ ਮਾਹੌਲ? ਯਾਰ ਮਾਹੌਲ ਬਹੁਤ ਸੋਹਣਾ ਆਪਣਾ, ਇੱਥੇ ਲੋਕਾਂ ਨੂੰ ਆਉਣਾ ਚਾਹੀਦਾ, ਇੰਜੋਏ ਕਰਨਾ ਚਾਹੀਦਾ। ਜਿਵੇਂ ਲੋਕ ਹੁਣ ਘਰੇ ਬੈਠੇ ਨੇ ਆਪਦਾ, ਐਵੇਂ ਡਿਪਰੈਸ਼ਨ 'ਚ ਜਾਈ ਜਾਂਦੇ ਨੇ ਵੀ ਕੀ ਬਣੂ ਨਹੀਂ ਬਣੂ, ਹੈ ਨਾ? ਉਹ ਚੀਜ਼ਾਂ ਨੂੰ ਸੋਚਣਾ ਹੀ ਨਹੀਂ ਚਾਹੀਦਾ ਯਾਰ, ਆਪਦਾ ਆਰਾਮ ਨਾਲ ਇੰਪ੍ਰੈਸ ਹੋਣਾ ਚਾਹੀਦਾ, ਇੱਥੇ ਵਧੀਆ ਨੱਚਣਾ ਗਾਉਣਾ ਚਾਹੀਦਾ ਕਿ ਲੋਕਾਂ ਨਾਲ ਖੁਸ਼ੀ ਹੋਣੀ ਚਾਹੀਦੀ। ਲੱਗਦਾ ਵੀ ਆਪਾਂ ਇੱਥੇ ਗੋਰਿਆਂ ਦੇ, ਕਿਉਂਕਿ ਕਿਸੇ ਵਕਤ ਇੱਥੇ ਸਿਰਫ ਗੋਰੇ ਹੀ ਗੋਰੇ ਭੰਗੜਾ ਪਾਉਂਦੇ ਹੁੰਦੇ। ਆਹ ਪੰਜਾਬ ਆ ਬਾਈ, ਦੂਆ ਪੰਜਾਬ ਬਣਿਆ ਪਿਆ ਯਾਰ, ਇੱਥੇ ਦਾ ਨਜ਼ਾਰਾ ਵੱਧ ਨਜ਼ਾਰਾ, ਲੋਕ ਆਪਦਾ ਕਮਾਉਂਦੇ ਨੇ ਯਾਰ, ਆਪਦਾ ਖਾਂਦੇ ਨੇ ਵਧੀਆ, ਕਿਤੇ ਖੁਸ਼ੀ ਵੀ ਕਰਨੀ ਚਾਹੀਦੀ। ਹਾਂ ਹਾਂ, ਖੁਸ਼ੀ ਯਾਰ, ਫੁੱਲ ਖੁਸ਼ੀ ਹੋਣੀ ਚਾਹੀਦੀ ਆ ਬਾਈ, ਬੰਦਿਆਂ ਨੂੰ ਖੁਸ਼ ਰਹਿਣਾ ਚਾਹੀਦਾ ਯਾਰ, ਖੁਸ਼ ਰਹਿਣ। ਦੇਖੋ ਜੇ ਆਪਾਂ ਐਂ ਸੋਚੀ ਜਾਈਏ ਵੀ ਅੱਜ ਕੰਮ ਕਰਨਾ, ਸੱਤੇ ਦਿਨ ਕੰਮ ਕਰਨਾ, ਫਿਰ ਉਹਦਾ ਕੀ ਫਾਇਦਾ, ਬੰਦਾ ਇੰਜੋਏ ਨਾ ਕਰ ਸਕਿਆ ਆਪਣੀ ਲਾਈਫ ਨੂੰ, ਹੈ ਨਾ? ਉਹਦਾ ਜ਼ਿੰਦਗੀ ਭੋਗਣ ਵਾਲਾ ਕੰਮ ਹੋ ਜਾਂਦਾ। ਜੇ ਬਾਈ ਆਪਾਂ ਜਿਵੇਂ ਤੁਸੀਂ ਸਰੀ ਦੀ ਗੱਲ ਕਰਦੇ ਹੋ, ਸਰੀ ਦਾ ਇੱਥੋਂ ਤੁਹਾਨੂੰ ਕੀ ਫਰਕ ਲੱਗਿਆ? ਸਰੀ ਤੋਂ ਇੱਥੇ ਆਏ ਹਾਂ ਵੀਰੇ, ਇੱਥੇ ਜਿਵੇਂ ਬਿਲਡਿੰਗਾਂ ਬੁਲਡਿੰਗਾਂ ਨੇ ਨਾ ਵਧੀਆ ਨੇ, ਇੱਥੇ ਜਿਵੇਂ ਆਪਾਂ ਲਾ ਲਈਏ ਤੂੰ ਇੰਡੀਆ ਦੇ ਹਿਸਾਬ ਨਾਲ ਚੰਡੀਗੜ੍ਹ ਆਏ ਹੋਏ ਹਾਂ, ਅਤੇ ਸਰੀ ਦਾ ਐਂ ਚੱਕਰ ਆ ਜਿਵੇਂ ਪੰਜਾਬ ਆ, ਇੱਕ ਦੂਆ ਪੰਜਾਬ ਵਸਿਆ ਹੋਇਆ, ਸਰੀ ਦੇ ਵਿੱਚ ਦਰਖਤ ਦਰੁਖਤ ਵਧੀਆ ਨੇ, ਫੁੱਲ ਫੁੱਲ ਬਾਈ, ਉੱਥੇ ਤਾਂ ਜਿਵੇਂ ਮੋਟਰਾਂ ਬਣੀਆਂ ਹੋਈਆਂ ਨੇ ਲੋਕਾਂ ਦੀਆਂ, ਮੋਟਰਾਂ ਦੇ ਮਹਿਫਲਾਂ ਲੱਗਦੀਆਂ ਨੇ, ਆਪਣੇ ਫਾਰਮ ਹਾਊਸਾਂ ਦੇ ਵਧੀਆ ਕੰਮ ਚੱਲਦਾ, ਉਹ ਕੰਮ ਆ ਉੱਥੇ ਦਾ ਵਧੀਆ। ਹਾਂ, ਇਹ ਸ਼ਹਿਰ ਵਾਂਗੂ ਆ, ਪਿੰਡ ਵਾਂਗੂ ਆ, ਪਰ ਹੈਗੇ ਦੋ ਹੀ ਪੰਜਾਬ ਹੀ ਨੇ ਆਪਣੇ, ਜਿਵੇਂ ਕਹਿ ਦੇ ਨਜ਼ਾਰਾ। ਇਕੱਲੇ ਹੀ ਆਏ ਹੋ ਕਿ ਹੋਰ ਵੀ? ਨਹੀਂ, ਹੈਗੇ ਨੇ ਚਾਰ ਪੰਜ ਮੁੰਡੇ ਨਾਲ ਆਪਣੇ, ਉਹ ਆਏ ਇਕੱਠੇ ਹੀ ਆਏ ਸੀਗੇ, ਮੈਂ ਕਿਹਾ ਚੱਲ ਵੀਕਐਂਡ ਮਨਾਏ ਆਉਂਦੇ ਉੱਧਰ ਜਾ ਕੇ। ਹਾਂਜੀ, ਥੈਂਕ ਯੂ ਵੀਰੇ, ਥੈਂਕ ਯੂ ਬਾਈ। ਕਿਹੜੀ ਜਗ੍ਹਾ ਤੋਂ ਬਾਈ ਜੀ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਅੰਮ੍ਰਿਤਸਰ ਜ਼ਿਲ੍ਹਾ, ਪਿੰਡ ਭੰਗਾਲੀ ਕਲਾਂ। ਅਤੇ ਪਹਿਲੀ ਵਾਰੀ ਆਏ ਹੋ ਇੱਥੇ ਕਿ ਅੱਗੇ ਵੀ ਆਉਂਦੇ ਹੋ? ਮੈਂ ਭਾਜੀ ਪਹਿਲੀ ਵਾਰੀ ਆਇਆ, ਮੈਨੂੰ 8-9 ਮਹੀਨੇ ਹੋ ਗਏ ਇੱਥੇ ਆਇਆ। ਕਿਵੇਂ ਲੱਗਿਆ ਫਿਰ? ਮੈਂ ਜਵਾ ਸਿਰੇ 'ਤੇ ਆ। ਲੈਂਦੀ ਆ ਟੈਨਸ਼ਨ? ਮੈਂ ਕਿਹਾ ਚੱਕ ਕੇ ਰੱਖਿਆ ਕੰਮ ਪੂਰਾ, ਆਇਆ ਨਾ। ਮੈਂ ਕਿਹਾ ਕਿਰਪਾ ਵਾਹਿਗੁਰੂ ਦੀ, ਬਾਬੇ ਰਾਮਦਾਸ ਦੀ। ਨਹੀਂ, ਜਿਹੜਾ ਇਹ ਫਿਰ ਅੱਗੇ ਵੀ ਜਿਵੇਂ ਬਾਈ ਹੋਣਾ ਨੇ ਕਿਹਾ ਵੀ ਉੱਥੇ ਵੀ ਮੁੰਡੇ ਕਹਿੰਦੇ ਆ ਵੀ ਭਾਈ ਇਹ ਸਾਲਾ ਤਾਂ ਮਿਹਨਤ ਤਾਂ ਕਰੀ ਜਾਣੀ ਆ, ਥੋੜ੍ਹਾ ਜਿਹਾ ਬੋਝ ਜੇ ਲਾਉਣਾ ਹੋਵੇ ਤਾਂ ਇੱਥੇ ਆਉਣਾ ਚਾਹੀਦਾ ਕਿ ਨਹੀਂ? ਭਾਈ ਦੇਖੋ, ਮਿਹਨਤ ਤਾਂ ਪਿੰਡ ਰਹੋਗੇ ਤਾਂ ਵੀ ਕਰਨੀ, ਇੱਥੇ ਰਹੋਗੇ ਤਾਂ ਥੋੜ੍ਹੀ ਜੀ ਥੋੜ੍ਹਾ ਐਕਸਟਰਾ ਮਿਲਦਾ, ਅਤੇ ਮਿਹਨਤ ਦਾ ਮੁੱਲ ਮੁੜਦਾ ਜੀ, ਮਿਹਨਤ ਦਾ ਮੁੱਲ ਮਿਲਦਾ। ਠੀਕ ਆ ਠੀਕ ਆ, ਇੰਜੋਏ ਕਰਨਾ ਚਾਹੀਦਾ ਬਾਈ, ਖੁਸ਼ੀ ਇੱਥੇ ਲੈ ਕੇ ਜਾਣਾ। ਬਿਲਕੁਲ ਜੀ ਬਿਲਕੁਲ ਠੀਕ ਆ ਜੀ, ਇੱਥੇ ਮੁੱਲ ਮੁੜਦਾ। ਹਾਂ ਠੀਕ ਆ, ਪੰਜਾਬ ਹੀ ਓਕੇ ਆ, ਖੁੱਲ੍ਹੀਆਂ ਜ਼ਮੀਨਾਂ ਵਾਲੇ ਆ, ਅਤੇ ਪਰ ਜੋ ਇੱਥੇ ਆਈ ਗਏ ਫਿਰ ਕਹਿੰਦੇ ਹੁੰਦੇ ਆ ਫਿਰ ਘੁੰਡ ਕਾਹਦਾ? ਘੁੰਡ ਮਤਲਬ ਕੀ ਕਹਿੰਦਾ, ਜਦੋਂ ਨੱਚਣ ਸ਼ੁਰੂ ਹੋ ਗਿਆ ਤੇ ਵਿਹੜਾ ਛੋਟਾ ਵੱਡਾ ਕੀ, ਛੋਟਾ ਵੱਡਾ ਕੀ। ਹਾਂ ਕਰੋ ਇੰਜੋਏ ਬਾਈ ਜੀ ਫਿਰ। ਥੈਂਕ ਯੂ ਬਾਈ, ਥੈਂਕ ਯੂ। ਕਿਵੇਂ, ਹਰ ਵੀਕਐਂਡ ਆਉਂਦੇ ਹੋ ਕਿ ਅੱਜ ਹੀ ਆਏ ਹੋ? ਹਾਂ ਨਾ ਜੀ, ਅੱਜ ਗੇੜਾ ਕੈਂਸਲ ਹੋਇਆ ਸੀ ਤਾਂ ਆਇਆ ਮਹਾਰਾਜ, ਗੇੜਾ ਕੈਂਸਲ ਹੋਇਆ ਸੀ ਅੱਜ ਤਾਂ ਹੀ ਆਇਆ ਜੀ। ਕਿਵੇਂ ਲੱਗਿਆ? ਪੈਂਦੀ ਆ ਧੱਕ? ਪੈਂਦੀ ਹੀ ਆ ਜੇ, ਤੁਹਾਨੂੰ ਪਤਾ ਹੀ ਆ ਮਾਹੌਲ ਪੂਰਾ ਸੈੱਟ ਆ ਆਪਦਾ, ਬਸ ਸਵਾਲ ਲਓ ਬਾਹ ਕੇ, ਇੰਨਾ ਛੇੜਕਾ ਨਹੀਂ, ਨਾ ਆਪਦੀ ਲਿਮਟ ਰੱਖੋ ਬਸ। ਨਜ਼ਾਰੇ ਮਹਾਰਾਜ, ਨਜ਼ਾਰੇ ਲੈਣੇ ਆ, ਕਿਸੇ ਨੂੰ ਤੰਗ ਕਰਕੇ ਨਹੀਂ ਲੈਣੇ ਨਜ਼ਾਰੇ, ਤੰਗ ਨਾ ਕਰੋ, ਆਪਦੀ ਰਹੋ, ਖੜੋ, ਦੇਖੋ ਆਪਦਾ ਨਜ਼ਾਰਾ ਲਓ। ਸਟੂਡੈਂਟ ਹੋ ਬਾਈ ਕਿ ਕਿਵੇਂ? ਨਹੀਂ ਨਹੀਂ, ਵਰਕ ਪਰਮਿਟ ਦੇ ਆ ਵੀਰੇ, ਪੀਆਰ ਦੀ ਫਾਈਲ ਲੱਗੀ ਹੋਈ ਆ। ਹਾਂਜੀ ਹਾਂਜੀ ਬਾਈ, ਕੀ ਕਹਿਣਾ ਚਾਹੋਗੇ ਜਿਹੜੇ ਲੋਕ ਜਿਵੇਂ ਆਪਣੇ, ਜਿਵੇਂ ਸਾਡਾ ਇੱਥੇ ਆਉਣ ਦਾ ਇੱਕ ਮਕਸਦ ਹੈ, ਜਿਵੇਂ ਆਪਣੇ ਬੱਚੇ ਨੇ ਕਈ ਸਟ੍ਰੈਸ ਲੈ ਕੇ ਮੁੰਡੇ ਕੁੜੀਆਂ ਬੈਠੇ ਰਹਿੰਦੇ ਨੇ ਵੀ ਚਲੋ ਜੋ ਆਈ ਗਏ ਮਿਹਨਤ ਕਰਨੀ ਆ, ਹੌਲੀ ਹੌਲੀ ਹੋ ਜਾਵਾਂਗੇ ਵੀ ਯਾਰ, ਮੰਜ਼ਿਲਾਂ 'ਤੇ ਵੀ ਪਹੁੰਚ ਜਾਵਾਂਗੇ, ਕਈ ਲੈ ਕੇ ਅੰਦਰ ਹੀ ਤੁਹਾਨੂੰ ਪਤਾ ਬੜੀਆਂ ਅਣਸੁਖਾਵੀਆਂ ਘਟਨਾ ਜੀਆਂ ਹੋ ਜਾਂਦੀਆਂ ਨੇ, ਕੋਈ ਕਦੇ ਮੌਤ ਹੋ ਗਈ, ਕਦੇ ਕੁਛ ਹੋ ਗਿਆ, ਕੀ ਮੈਸੇਜ ਦੇਣਾ ਚਾਹੋਗੇ ਇੱਥੇ? ਮੈਸੇਜ ਇਹੀ ਹੈ ਜੀ ਸਾਰੇ ਭਰਾਵਾਂ ਨੂੰ ਨਾ, ਜਿੰਨੇ ਵੀ ਭੈਣ ਭਰਾਵਾਂ ਨੇ ਆਉਣਾ ਹੈ ਨਾ, ਸਟੂਡੈਂਟ ਆਓ, ਬਹੁਤ ਵਧੀਆ ਕੰਟਰੀ ਆ, ਸਫਲ ਹੁੰਦਾ ਬੰਦਾ, ਮਿਹਨਤ ਦਾ ਮੁੱਲ ਪੈਂਦਾ। ਪਰ ਇੱਕ ਚੀਜ਼ ਮੈਂ ਇਹ ਕਹਿੰਦਾ ਵਾਂ, ਅੱਜ ਦਾ ਮਾਹੌਲ ਦੇਖ ਕੇ ਅੰਟਾਰੀਓ ਚੂਜ਼ ਕਰਦੇ ਹੋ, ਅੰਟਾਰੀਓ ਆਓ, ਇਕੱਲਾ ਬ੍ਰੈਂਪਟਨ ਮਿਸੀਸਾਗਾ ਨਾ ਚੂਜ਼ ਕਰੋ, ਬਾਹਰ ਜਾਓ, ਬਹੁਤ ਕੰਮ ਨੇ ਅੱਜ ਕੱਲ੍ਹ ਇੱਥੇ ਜਿਹੜਾ ਹੋ ਰਿਹਾ ਵਾ, ਕਿ ਜ਼ਿਆਦਾ ਆਪਾਂ ਡਿਪਰੈਸ਼ਨ 'ਚ ਜਾਂਦੇ ਹਾਂ, ਕੰਮ ਦਾ ਸ਼ਿਕਾਰ ਆ, ਘਰਦਿਆਂ ਨੂੰ ਕਹਿੰਦੇ, ਕਈ ਸਟੂਡੈਂਟ ਮੁੜੇ ਵੀ ਆ, ਜ਼ਿਆਦਾ ਨਹੀਂ ਬਹੁਤ ਘੱਟ ਮੁੜੇ ਨੇ, ਮੁੜਨ ਦਾ ਕਾਰਨ ਇਹ ਕੰਮ ਹੈ ਨਹੀਂ, ਪਹਿਲਾਂ ਕੰਮ ਸੀਗਾ ਵੀਰੇ, ਹੁਣ ਕੰਮ ਤਾਂ ਘੱਟ ਗਿਆ, ਇੱਕ ਰਿਸੈਸ਼ਨ ਆ, ਇੱਕ ਸਾਰੇ ਆਪਾਂ ਇੱਧਰ ਹੀ ਆ ਰਹੇ ਹਾਂ, ਅਸੀਂ ਇਹ ਕਹਿੰਦੇ ਹਾਂ ਫੈਲੋ, ਆਟਵਾ ਵਗੈਰਾ ਬਹੁਤ ਵਧੀਆ ਕੰਮ ਆ ਵੀਰੇ, ਹੋਰ ਜਗ੍ਹਾ ਜਾਓ, ਮੋਂਟਰੀਅਲ ਤੋਂ ਸਾਈਡ ਨੂੰ ਹੋ ਜਾਓ, ਇੱਧਰ ਨੂੰ ਸਾਈਡ ਦੇ ਸਤਬਰੀ ਹੋ ਗਿਆ ਨਾ, ਕਾਫੀ ਛੋਟੇ ਛੋਟੇ ਪਿੰਡ ਨੇ ਸੋਹਣੇ ਆ, ਜਿੱਥੇ ਆਪਣੀ ਪੀ ਆਰ ਵੀ ਛੇਤੀ ਆ, ਜਿਹੜੇ ਨਵੇਂ ਸਟੂਡੈਂਟ ਵੀਰ ਨੇ ਆਉਣਾ, ਮੈਂ ਕਹਿੰਦਾ ਸਸਕੈਚਵਨ ਜਾਓ,
ਤੁਹਾਡੀ ਸਟੱਡੀ ਨਿਪਣ ਤੋਂ ਬਾਅਦ 8 ਮਹੀਨੇ ਸਾਲ ਦੇ ਸਾਲ ਖੰਡ ਦੇ ਵਿੱਚ ਤੁਸੀਂ ਪੀਆਰ ਲੈ ਸਕਦੇ ਹੋ। ਬ੍ਰੈਂਪਟਨ ਨਾ ਆਓ, ਕਾਹ ਤੋਂ ਕਰਾਊਡ ਜ਼ਿਆਦਾ ਹੋ ਗਿਆ, ਖਰਚਾ ਜ਼ਿਆਦਾ ਆ, ਇੱਦੂ ਵਧੀਆ ਆਪਾਂ ਖਿੰਡ ਜੀਏ ਤਾਂ ਬੈਸਟ ਰਵਾਂਗੇ, ਨਾਲੇ ਕੰਮ ਮਿਲ ਜੂ, ਨਾਲੇ ਜਿਹੜੀ ਚੀਜ਼ ਲਈ ਮੋਟਿਵ ਲਈ ਆ ਉਹ ਮੋਟਿਵ ਪੂਰਾ ਹੋਊਗਾ ਆਪਣਾ। ਕਿਤੇ ਨਾ ਕਿਤੇ ਇਹ ਵੀ ਰੀਜ਼ਨ ਆ ਵੀ ਆਪਣਾ ਸਾਰਾ ਕੋਈ ਸਕਾ ਸੰਬੰਧੀ ਸਾਰੇ ਉੱਥੇ ਹੀ ਨੇ, ਅਤੇ ਆਪਾਂ ਨੂੰ ਇਹ ਲੱਗਦਾ ਵੀ ਨਹੀਂ ਯਾਰ ਮੇਰਾ ਵੀਰਾ ਉੱਥੇ ਆ, ਮੇਰਾ ਭਾਈ ਉੱਥੇ, ਚਾਚੇ ਦਾ ਮੁੰਡਾ, ਤਾਏ ਦਾ, ਸਾਡੀ ਗਾਂ ਦੀ ਗਾਂ ਸਾਕ ਸੰਬੰਧੀ ਉੱਥੇ ਆ, ਤਾਂ ਵੀ ਅਸੀਂ ਸ਼ਾਇਦ। ਪਰ ਸਕਾਬੰਦੀ ਬਾਈ ਜੀ ਤੁਹਾਨੂੰ ਪਤਾ ਹੀ ਆ, ਇੱਥੇ ਹੈ ਨਾ ਕਿੰਨਾ ਕੁ ਟਾਈਮ ਕੋਈ ਸਾਂਭ ਲੂਗਾ, ਕਈ ਸਾਂਭਦੇ ਕਈ ਨਹੀਂ ਸਾਂਭਦੇ, ਹੈ ਨਾ। ਚਲੋ ਹਰੇਕ ਦੀ ਆਪਦੀ ਆਪਦੀ ਮੌਜੂਦੀ ਆ, ਆਪਦੀ ਮਜਬੂਰੀ ਆ, ਆਪਦੇ ਪੈਰਾਂ 'ਤੇ ਕਿਸੇ ਨੂੰ ਵੀ ਕੋਈ ਵੀ ਲੋੜ ਆ, ਹੱਲ ਹੋ ਜਾਂਦਾ ਵੀਰੇ ਜਦੋਂ ਆਪਾਂ ਪਹੁੰਚਦੇ ਨਾ, ਹੱਲ ਹੋ ਜਾਂਦਾ। ਜਦੋਂ ਕਿਸੇ ਕੋਲ ਆਉਂਦੇ ਹਾਂ ਉਹ ਓਨਾ ਨਹੀਂ ਹੱਦ ਤੱਕ ਕਰਦਾ, ਕੋਈ ਡੀਮੋਟੀਵੇਟ ਕਰਦਾ। ਤੁਹਾਨੂੰ ਪਤਾ ਹੀ ਇੱਥੇ ਜਿੰਨੇ ਆਪਣੇ ਪੁਰਾਣੇ ਆ ਨਾ, ਚਲੋ ਸਾਰੇ ਪੁਰਾਣੇ ਨਹੀਂ ਬਾਈ, ਅਸੀਂ ਵੀ ਪੁਰਾਣੇ ਨਾਲ ਕੰਮ ਕਰਦੇ ਹਾਂ, ਬਹੁਤ ਚੰਗੇ ਨੇ, ਪਰ ਵਿੱਚ ਵਿੱਚ ਤੁਹਾਨੂੰ ਪਤਾ ਹੀ ਆ ਹੁੰਦੀ ਆ, ਠੀਕ ਹੈ ਨਾ, ਪੰਜੇ ਇੱਕੋ ਜਿਹੇ ਨਹੀਂ। ਬਟ ਆਪਾਂ ਤਾਂ ਇਹ ਕਹਿੰਦੇ ਹਾਂ ਖਿੰਡ ਜੋ, ਠੀਕ ਆ, ਆਪਣਾ ਵੀ ਫਾਇਦਾ, ਤੁਹਾਡੇ ਮਾਂ ਪਿਓ ਦਾ ਵੀ ਫਾਇਦਾ, ਤੁਹਾਡੇ ਮਾਂ ਪਿਓ ਨੂੰ ਟੈਨਸ਼ਨ ਨਹੀਂ ਆਊਗੀ, ਤੁਹਾਨੂੰ ਟੈਨਸ਼ਨ ਨਹੀਂ ਆਊਗੀ, ਬਾਹਰ ਕੰਮ ਵੀ ਮਿਲੂਗਾ, ਠੀਕ ਆ, ਆਪਦਾ ਲਾਈਸੈਂਸ ਬਣਾਓ ਆ ਕੇ, ਸਭ ਤੋਂ ਪਹਿਲਾਂ ਨਸ਼ੇ ਪੱਤੇ ਤੋਂ ਦੂਰ ਰਹੋ, ਠੀਕ ਆ, ਇੰਜੋਏ ਕਰੋ ਕਦੇ ਕਦਾਈਂ, ਪਰ ਇਹ ਨਹੀਂ ਕਿ ਪੱਕੇ ਲ 'ਤੇ ਲੱਗੋ ਤੁਸੀਂ, ਹੈ ਨਾ, ਕਿ ਆਪਦਾ ਸਹੀ ਰਹੋ, ਮਹਾਰਾਜ ਦਾ ਨਾਲ ਹੋ, ਸਾਰਾ ਕੁਝ ਕਰੋ, ਸਭ ਕੁਝ ਸਫਲ ਹੁੰਦਾ। ਪਰ ਇੱਕ ਇਹੀ ਆ ਕਿ ਆਪਦਾ ਅਲੱਗ ਅਲੱਗ ਹੋਵੋ, ਬ੍ਰੈਂਪਟਨ ਮਿਸੀਸਾਗਾ ਨਾ ਦੇਖੋ, ਬਾਹਰ ਬਹੁਤ ਕੌਸ਼ ਆ, ਆਪਣੇ ਜਿਵੇਂ ਆਟਵਾ ਵਗੈਰਾ ਬਾਹਰ ਕਾਫੀ ਕੰਟਰੀਆਂ ਛੋਟੇ ਛੋਟੇ ਆ, ਬਹੁਤ ਵਧੀਆ ਨਾ, ਪੀਆਰ ਵੀ ਸੌਖੀ ਆ ਅਤੇ ਸਾਰਾ ਕੁਛ ਵਧੀਆ ਉੱਥੇ। ਉਰੇ ਆਪਾਂ ਸਟੂਡੈਂਟ ਆਪਣਾ ਭਾਈਚਾਰਾ, ਆਪਾਂ ਵੀ ਸਟੂਡੈਂਟ ਆਏ ਸੀ, ਅਸੀਂ ਐਂ ਨਹੀਂ ਕਹਿੰਦੇ ਵੀ ਸਟੂਡੈਂਟ ਕਿਉਂ ਆਉਂਦੇ ਨੇ, ਬਟ ਆਪਣਾ ਮਾੜਾ ਮਾੜਾ ਜੇ ਆਪਾਂ ਖੇਡਾਂਗੇ ਨਾ ਆਪਣੇ ਵਾਸਤੇ ਵੀ ਵਧੀਆ। ਹੁਣ ਜਿਹੜੇ ਪੁਰਾਣੇ ਤਾਂ ਬੈਠੀ ਬੈਠੇ ਨੇ ਘਰ, ਨਵੇਂ ਵੀ ਆ ਕੇ ਹੁਣ ਘਰ ਬੈਠੇ ਨੇ ਸਾਰੇ, ਫਿਰ ਉਹ ਚੀਜ਼ ਡਿਪਰੈਸ਼ਨ ਹੁੰਦੀ ਆ, ਫਿਰ ਉਹ ਸੁਸਾਈਡ ਵਗੈਰਾ ਕਰਦੇ ਨੇ, ਜਾਂ ਕਿਸੇ ਨੂੰ ਅਟੈਕ ਆ ਜਾਂਦਾ। ਇਹ ਤੋਂ ਚੰਗਾ ਕਿ ਆਪਣਾ ਗੁਰੂ ਘਰ ਜਾ ਕੇ ਆਪਣਾ ਸ਼ਾਂਤੀ ਨਾਲ ਬੈਠੋ ਜਾ ਕੇ, ਠੀਕ ਆ, ਆਪਣੇ ਹੋਰ ਕਿਤੇ ਟਰਾਈ ਕਰੋ। ਜਦ ਆਪਾਂ ਕਿਤੇ ਜਾਣ ਦੀ ਸੋਚ ਲੈਂਦੇ ਹਾਂ, ਬਹੁਤ ਰਸਤੇ ਨਿਕਲੇ ਹੁੰਦੇ ਨੇ ਵਿੱਚੋਂ, ਠੀਕ ਆ, ਕਿਸੇ ਨਾਲ ਲਿੰਕ ਬਣਾਓ, ਸਾਰਾ ਕੁਝ ਹੱਲ ਹੋ ਜਾਂਦਾ। ਪਰ ਕੰਮ ਵੀ ਇੱਕ ਇਹ ਨਾ ਕਹੋ ਕਿ ਅਸੀਂ ਇਹ ਕੰਮ ਨਹੀਂ ਕਰਨਾ, ਇਹ ਨਹੀਂ, ਸਾਰੇ ਕਰਨੇ ਪੈਣੇ, ਮਹਾਰਾਜ ਦਾ ਨਾਂ ਲੈ ਕੇ ਕਰ ਲਓ। ਪਰ ਇੱਕ ਆਪਣੇ ਮੋਸਟਲੀ ਜ਼ਿਆਦਾ ਪਲੱਸ ਟੂ ਕਰਕੇ ਆਉਂਦੇ ਆ, ਮੈਂ ਕਹਿੰਦਾ ਜਿਹਦੇ ਕੋਲ 10 ਤੋਂ 12 ਕਿੱਲੇ ਆ ਨਾ, ਉਹ ਵੀਰੇ ਠੀਕ ਆ, ਤੁਸੀਂ ਉੱਤੇ ਰਾਜੇ ਹੋ, ਆ ਜਾਓ। ਫਿਰ ਲੋਕ ਕਹਿੰਦੇ ਤੁਸੀਂ ਇੱਥੇ ਪਹੁੰਚ ਗਏ ਹੋ, ਬ੍ਰੈਂਪਟਨ ਮਿਸੀਸਾਗਾ ਨਾ ਆਓ, ਅੰਟਾਰੀਓ ਨਾ ਚੂਜ਼ ਕਰੋ, ਵਿਨੀਪੈਗ ਜਾਓ, ਕੈਲਗਿਰੀ ਅਲਬਰਟਾ ਜਾਓ, ਇੱਕ ਕਾਲਜ ਆ, ਦੋ ਕਾਲਜ ਆ, ਖਰਚਾ ਘੱਟ ਆ, ਤੁਹਾਡੀ ਇਨਕਮ ਆ। ਜੇ ਤੁਸੀਂ ਕਹੋ ਅਸੀਂ PR ਲਈ, ਤਾਂ ਫਿਰ ਵੀ ਮੂਵ ਹੋਣਾ ਪੈਣਾ, ਘਰੋਂ ਪੈਰ ਤਾਂ ਪੁੱਟਣਾ ਪੈਣਾ, ਫਿਰ ਵੀ ਸਕਿਆਂ ਦੀ ਆਪਾਂ ਸਿੱਧੇ ਹੀ ਉੱਤੇ ਪਹੁੰਚੀਏ ਤਾਂ ਈਜ਼ੀ ਹੋਈ ਹੈ। ਇੱਥੇ PR ਲਈ ਅੰਟਾਰੀ ਔਖਾ ਵਾ, ਸੌਖਾ ਵੀ ਆ, ਔਖਾ ਵੀ ਆ, ਬ੍ਰੈਂਪਟਨ ਮਿਸੀਸਾਗਾ ਨਹੀਂ PR ਆਉਂਦੀ, ਔਖਾ ਵਾ, ਆਪਣੇ ਫਾਇਦਾ ਬਹੁਤ ਚੱਕਦੇ ਆ ਲੋਕ, ਬਾਅਦ 'ਚੋਂ ਆ ਜਾਓ, PR ਹੋਣ ਦੇ ਬਾਅਦ ਘੁੰਮ ਕੇ ਆ ਜਾਓ, ਕੋਈ ਚੱਕਰ ਨਹੀਂ, ਆਪਦਾ ਡ੍ਰੀਮ ਪੂਰਾ ਕਰੋ, ਪਹਿਲਾਂ ਮੋਟਿਵ ਆ ਤੁਹਾਡਾ PR ਹੋਣ ਦਾ, PR ਹੋਵੋ, ਦੂਜਾ ਕੰਮ ਫੇਰ ਆ, ਹੈ ਨਾ, ਆਓ, ਇੱਥੇ ਸਾਰਾ ਕੁਛ ਆ। ਪਰ ਮੇਰਾ ਵੀਰ ਇੱਥੇ PR ਦੇ ਨਾਂ 'ਤੇ ਫਾਇਦੇ ਬਹੁਤ ਚੱਕੇ ਆਉਂਦੇ, ਕਾਫੀ ਜਗ੍ਹਾ, ਸਾਰੀ ਜਗ੍ਹਾ ਨਹੀਂ ਕਹਿੰਦੇ, ਪੰਜੇ ਉਂਗਲਾਂ ਨਹੀਂ ਬਰਾਬਰ। ਬਸ ਬਾਕੀ ਬੈਸਟ ਆਫ ਲੱਕ ਆਪਦੇ ਮਾਂ ਪਿਓ ਨੂੰ ਸੌਖਾ ਕਰੋ ਆ ਕੇ, ਠੀਕ ਆ। ਜਿਹੜੇ ਮਾਂ ਪਿਓ ਇੱਕ ਚੀਜ਼ ਇਹ ਵੀ ਇਹ ਕਹਿ ਕੇ ਭੇਜਦੇ ਆ ਕਿ ਸਾਡਾ ਜਵਾਕ ਨਸ਼ੇ ਛੱਡ ਦੂਗਾ ਜਾਂ ਕੁਛ ਵੀ, ਮਿਹਨਤਾਂ ਇੱਥੇ ਉੱਤੇ ਨਾਲੋਂ ਜ਼ਿਆਦਾ ਆ ਨਸ਼ਾ ਇੱਥੇ, ਇਹ ਚੀਜ਼ ਨਾ ਕਰੋ, ਠੀਕ ਆ, ਕਿ ਸਾਡਾ ਜਵਾਕ ਉੱਤੇ ਭੇਜ ਦਈਏ ਜਾਂ ਵਿਆਹ ਕਰਾ ਦਈਏ। ਇੱਕ ਵਿਆਹ ਵਾਲਿਆਂ ਲਈ ਵੀ ਆ, ਜਿਹੜਾ ਮੇਰਾ ਵੀਰ ਭਾਈ ਵਿਆਹ ਕੇ ਆਉਂਦਾ ਨਾ, ਮਿਹਨਤ ਆ ਯਾਰ ਬਾਈ, ਸੱਚੀ ਕਹਿੰਦਾ, ਮਹਾਰਾਜ ਦੇ ਮੂਹਰੇ ਤੁਸੀਂ ਲਾਵਾਂ ਲੈਣੀਆਂ ਹੁੰਦੀਆਂ ਨੇ, ਸੋ ਚੀਜ਼ ਨੂੰ ਪੂਰਾ ਕਰੋ, ਹੈ ਨਾ। ਇਹ ਨਾ ਆਪਦੇ ਮਾਪ ਆਪਦੇ ਬਾਪ ਦੇ ਪੱਗ ਨੂੰ ਜਾਂ ਮਾਂ, ਹੈ ਨਾ, ਕੋਈ ਵੀ ਚਾਹੇ ਕੁੜੀ ਚਾਹੇ ਮੁੰਡਾ ਵਾ, ਆਪਾਂ ਇਹ ਨਹੀਂ ਕਹਿੰਦੇ, ਆਪਦੇ ਪਿਓ ਦੀ ਪੱਗ ਨੂੰ ਦਾਗ ਨਾ ਲਾਓ, ਕਿਉਂਕਿ ਇੱਥੇ ਦੇਖਦੇ ਹੀ ਹਾਂ ਆਪਾਂ, ਮਾਹੌਲ ਵਿਗੜਦਾ ਠੀਕ ਆ, ਤੁਹਾਨੂੰ ਖੁੱਲ੍ਹ ਮਿਲਦੀ ਆ, ਪਰ ਮਿਹਨਤਾਂ ਸਾਰੀਆਂ ਕੁੜੀਆਂ ਨਹੀਂ ਵਿਗੜਦੀਆਂ ਵੀਰੇ, ਪੰਜੇ ਉਗਲਾਂ ਇੱਕ ਬਰਾਬਰ ਨਹੀਂ ਗੀਆਂ, ਠੀਕ ਆ, ਟਾਵੇਂ ਟਾਵੇਂ ਆ, ਨਾ ਹਿੱਲੋ, ਬਦਨਾਮ ਸਾਰੇ ਆ, ਹੁਣ ਸਟੂਡੈਂਟ ਭਾਈਚਾਰਾ ਹਰੇਕ ਜਗ੍ਹਾ ਬਦਨਾਮ ਆ, ਠੀਕ ਆ, ਹੁਣ ਸਾਨੂੰ ਦੇਖ ਕੇ ਅਗਲੇ ਕਹਿਣਗੇ ਛੱਤ ਖੋਲ੍ਹੀ ਫਿਰਦੇ ਆ, ਪਰ ਵੀਰੇ ਐਵੇਂ ਕਹਿ ਦਈਏ, ਅੱਜ ਆਏ ਆ, ਨਵੇਂ ਸਾਲ ਦੇ ਨਿਕਲੇ ਆ, ਬਾਈ ਅੱਜ ਕਿਹੜਾ ਕੈਂਸਲ ਹੋਇਆ, ਬਾਈ ਨਵੇਂ ਸਾਲ ਤੋਂ ਆਏ ਜੀ, ਅੱਜ ਕਿਹੜਾ ਕੈਂਸਲ ਹੋਇਆ, ਠੀਕ ਆ। ਲੋਕ ਬਾਈ ਚੰਗੀ ਚੀਜ਼ ਦੇਖਦੇ ਆ, ਇਹ ਨਹੀਂ ਦੇਖਦੇ ਉਹਦੇ ਪਿੱਛੇ ਕੀ ਆ, ਅੱਜ ਦੇਖ ਲਈ ਵੀ ਛੱਤ ਖੁੱਲੀ ਆ, ਜੀਪ ਦੀ ਟਾਕੀਆਂ ਲਾਈਆਂ, ਪਰ ਇਹ ਨਹੀਂ ਹੁੰਦਾ ਵੀ ਪਤਾ ਨਹੀਂ ਨਾ ਵੀ ਉਹ ਕਿੰਨੇ ਚਿਰ ਬਾਅਦ ਆਏ ਆ, ਬਾਈ ਇੱਕ ਸਾਲ ਨਿਊ ਈਅਰ 'ਤੇ ਆਏ ਸੀ, ਠੀਕ ਆ, ਉਦਣ ਵੀ ਆਪਾਂ ਕਿਹੜੀ ਗੇ ਦੇ ਕੇ ਆਪਾਂ ਚਲੇ ਗਏ, ਤੁਸੀਂ ਦੇਖ ਲਿਓ ਜੀ ਇੱਥੇ ਖੜੇ ਇਹਨਾਂ ਨੂੰ ਦੇਖਦੇ ਹਾਂ, ਇੰਜੋਏ ਆ, ਓਕੇ, ਅੱਧੇ ਘੰਟੇ ਨੂੰ ਹੀ ਚਲੇ ਜਾਣ, ਕਿਉਂਕਿ ਮੋਰਨਿੰਗ ਗੇੜਾ ਬਾਈ ਸਾਡਾ, ਇਹ ਜਾ ਕੇ ਆਪਦਾ ਆਓ, ਇੰਜੋਏ ਕਰੋ, ਪਰ ਕਿਹਨੂੰ ਤੰਗ ਨਾ ਕਰੋ। ਅੱਜ ਕੱਲ੍ਹ ਬ੍ਰੈਂਪਟਨ 'ਚ ਇੱਕ ਚੀਜ਼ ਹੋਰ ਆ ਵੀਰੇ, ਸਾਰਿਆਂ ਨੂੰ ਜੇ ਵੀਰੇ ਦਿਖਾ ਦਿਓ, ਮਿਹਨਤਾਂ ਮੇਰਾ ਵੀਰ ਬਹੁਤ ਆਪਣੇ ਕੋਲ ਆਉਂਦੇ ਆ ਨਾ, ਫੋਨ ਆਉਂਦੇ ਆ ਜਾਂ ਫਰੈਂਡ ਸਰਕਲ 'ਚੋਂ ਪਤਾ ਚੱਲਦਾ ਕਿ ਯਾਰ ਕੁੜੀਆਂ ਨੂੰ ਬਹੁਤ ਤੰਗ ਕਰਦੇ ਆ ਮੁੰਡੇ, ਰੋਕ ਰੋਕ ਕੇ, ਸਾਰੇ ਨਹੀਂ, ਮਿਹਨਤਾਂ ਮੇਰਾ ਵੀਰ ਕਿ ਆਪਣੇ ਘਰ ਵੀ ਤੀ ਪੈਣਾ, ਇੰਜੋਏ ਕਰੋ,
चैल करो पर यार धी भैन नू सब दी सांझी आ जे एक भैन है नहीं तां मां तां हैगी आ तुरी जांदी कुड़ी नू धक्के नाल नंबर इंडिया वाला माहौल ना बनाओ मेहनता ना बिगाड़ो अपना एक चीज़ होर अपने पुराने बंदे भी ना दुखी करने ते आ गए अपने स्टूडेंट भाईचारा नू है ना क्योंकि ये बेचारे आपका ड्रीम पूरा करना किसी टाइम तुसीं भी आए सी ये भी आए आ सब ने सफल हो जाना किसे करके कोई नहीं रुकिया जे तुसीं कहो साडे करके कनेडा चलदी है किसे करके नहीं महाराज करके चलदी आ बाकी वीरे दबो हर एक चीज़ फतेह करो हर मैदान फतेह है वीरे कह तो मेहनत करोगे सारा कुछ फतेह होना मेहनत नहीं करोगे कुछ नहीं होना घर ना बैठो बाहर निकलो जे थोड़े कॉलेज है जिते भी आ जिते कितने भी आ मेहनत करो कंट्रैक्शन जॉब च जाओ हर एक जॉबा च जाओ ये थोड़ी बहुत ज़्यादा फ्यूचर आ बस यही है वीरे कि बस एक मैसेज है कि मेरा वीर जिहड़ा भी आऊगा डिप्रैशन च ना जाओ किसी नूं भी लोड़ आ बाहर तुरे जांदे वीर नूं कह दो कोई ने कुछ नहीं कहना तुहानूं तुरे जांदे बाई नूं पुछ लो बाई हैल्प की लोड़ आ किसी ने डांक नहीं मार देनी है तो थोड़े पुछोगे तो ठीक है जग खोलोगे शर्म ना करो आपां नूं लोड़ आ ठीक आ महाराज तो मंगो किसे तो मंगो ना गलत काम च ना पाओ इत्थे बहुत ट्रांसपोर्टां नहीं बहुत बंदे ने गलत राह पाउण नूं गलत काम पाउण नूं पाओ ना मेरा वीर मेहनत ही आ बस रहो अपनी यूनिटी बना के रखो अपने बंदियां तों ही बहुत खार खांदे ने हाँ जी अपना सहमति नाल रहो वधिया रहो बहुत वधिया देश आ नज़ारे लो बई अपना काम करदे आ खांदे आ सारे वीर फतेह जा माहौल खुश हैन एक नंबर माहौल आ जिहदे तारे दे कहण गू सरा होया पिया जो चल रहा काम कार है नहीं जां दूजा थोड़े हिसाब ने यह जी जो एंजॉयमेंट आ कद कद कर लेना चाहिए बिल्कुल भाई करना चाहिए जी करना चाहिए बिल्कुल कर लेना चाहिए थोड़ा बहुत स्ट्रेस तो कुछ नहीं बनना हाँ जी बिल्कुल घरे मेरा भाई गंगाना जिला है राजस्थान हाँ जी हाँ जी क्या हो गया आया मैं भाई 2018 च आया जी पक्के पुके हो गए हाँ जी मेरे पक्के हैं जी दूरों अपनी दुख भरा कहने देखो बंदे डिपेंड आ ਹੁਣ ਇੱਥੇ ਬੰਦਾ ਕਹਿੰਦੇ ਸਟ੍ਰੈਸ ਵੀ ਹੈਗਾ ਬਟ ਮੈਂ ਇੰਡੀਆ ਦੀ ਗੱਲ ਨਹੀਂ ਕੀਤੀ ਮੈਂ ਇੱਥੋਂ ਦੀ ਬ੍ਰੈਂਪਟਨ ਤੇ ਇੱਥੋਂ ਦੀ ਗੱਲ ਬ੍ਰੈਂਪਟਨ ਦੀ ਗੱਲ ਕਰ ਰਹੀ ਮੈਂ ਵੀ ਬ੍ਰੈਂਪਟਨ ਵੀ ਮਾੜਾ ਨਹੀਂ ਹੈਗਾ ਇਹ ਤਾਂ ਐ ਆ ਵੀ ਲੋਕ ਜਿਸ ਹਿਸਾਬ ਨਾਲ ਜਾਉਂਦੇ ਆ ਉਹ ਚੀਜ਼ ਆ ਹਨਾ ਹੁਣ ਕੰਮ ਵੀ ਕਰੋ ਬਟ ਇੰਜੋਏ ਵੀ ਕਰਨਾ ਚਾਹੀਦਾ ਬੰਦੇ ਨੂੰ ਹੁਣ ਆਪਾਂ ਜਿਵੇਂ ਹੁਣ 4-5 ਦਿਨ ਕੰਮ ਕਰੀਦਾ ਵੀਕਐਂਡ ਤੇ ਆਪ ਟੋਰਾਂਟੋ ਕੋ ਮਲੀਦਾ ਕਿ ਜਾਂ ਹੋਰ ਕਿਤੇ ਜਾ ਆਈਦਾ ਨਾ ਮਾੜਾ ਮੋਟਾ ਬੰਦਾ ਫਰੈਸ਼ ਹੋ ਜਾਂਦਾ ਬੰਦਾ ਹਨਾ ਤੇ ਉਹ ਚੀਜ਼ ਆ ਜਾਣੀ ਕਿ ਵੀ ਕੰਮ ਵੀ ਕਰੋ ਤੇ ਆਪਣਾ ਇੰਜੋਏ ਵੀ ਕਰੋ ਤੇ ਕੀ ਲੱਗਦਾ ਜਿਹੜਾ ਬਾਈ ਅੱਜ ਕੱਲ੍ਹ ਅਫਵਾਹਾਂ ਨੇ ਵੀ ਕੰਮ ਕਾਰ ਘਟੇ ਹੋਏ ਨੇ ਮਤਲਬ ਬਹੁਤ ਜ਼ਿਆਦਾ ਬੱਚੇ ਸਟ੍ਰੈਸ ਦੇ ਵਿੱਚ ਨੇ ਡੈਥ ਵੀ ਬਹੁਤ ਹੋ ਰਹੀਆਂ ਨੇ ਹਾਰਟ ਅਟੈਕ ਆ ਰਿਹਾ ਤੁਸੀਂ ਕੀ ਮੰਨਦੇ ਹੋ ਬਾਈ ਇਹ ਚੀਜ਼ ਇਦਾਂ ਦੇਖੋ ਕੰਮ ਘਟਿਆ ਹੋਇਆ ਇਹ ਤਾਂ ਹੈ ਥੋੜਾ ਬਹੁਤਾ ਘਟ ਗਿਆ ਕੰਮ ਪਹਿਲੇ ਨਾਲੋਂ ਬਟ ਸਟ੍ਰੈਸ ਲੈਣਾ ਕੋਈ ਸੋਲੂਸ਼ਨ ਤਾਂ ਹੈ ਨਹੀਂਗਾ ਨਾ ਇਦਾਂ ਲੋਕ ਅੱਜ ਕੱਲ੍ਹ ਖੁੱਲਦੇ ਨਹੀਂ ਕਿਸੇ ਨਾਲ ਹੁਣ ਜਿਵੇਂ ਮੰਨ ਲਓ ਆਪਣੇ ਯਾਰ ਦੋਸਤ ਹੁੰਦੇ ਆ ਆਪਾਂ ਕੋਈ ਨਾ ਕੋਈ ਆਪਾਂ ਨੂੰ ਸਹਾਰਾ ਮਿਲ ਹੀ ਜਾਂਦਾ ਨਾ ਕੰਮ ਕੋਈ ਨਾ ਕੋਈ ਲੱਗ ਹੀ ਜਾਂਦਾ ਬੰਦਾ ਭਾਵੇਂ ਕੰਮ ਕੋਈ ਵੀ ਹੋਵੇ ਹੁਣ ਬੰਦਾ ਜੇ ਕੰਮ ਨਹੀਂ ਵੀ ਹੈਗਾ ਬਈ ਪਾ ਇਹ ਤਾਂ ਹੈ ਨਹੀਂ ਘਰੇ ਬਹਿ ਕੇ ਰੋਈ ਜਾਓ ਹਨਾ ਜਾਂ ਕੁਛ ਵੀ ਯਾਰਾਂ ਦੋਸਤਾਂ ਨਾਲ ਫਿਰੋ ਮਾੜਾ ਮੋਟਾ ਬਾਹਰ ਅੰਦਰ ਜਾ ਕੇ ਪਤਾ ਲੱਗਦਾ ਵੀ ਕੰਮ ਹੈਗਾ ਮਾਲਕਾ ਹਲਕ ਹੁੰਦਾ ਤੇ ਬਾਕੀ ਇਦਾਂ ਹੀ ਕਹਿਦਾ ਮੈਂ ਵੀ ਆਪਣਾ ਇੰਜੋਏ ਕਰੋ ਵੀ ਹੋਰ ਤਾਂ ਠੀਕ ਹੈ ਜੀ ਕੰਮ ਮਿਲ ਜਾਂਦਾ ਕੰਮ ਵੀ ਬੰਦਾ ਲੱਭਣ ਵਾਲਾ ਚਾਹੀਦਾ ਕੰਮ ਤਾਂ ਮਿਲ ਜਾਂਦਾ ਜੀ ਤੁਸੀਂ ਮੈਂ ਸੁਣਿਆ ਗੀਤ ਵੀ ਬਾਈ ਜੀ ਲਿਖਦੇ ਹੋ ਜਾਂ ਗਾਉਂਦੇ ਹੋ ਹਾਂ ਜੀ ਹਾਂ ਬਾਈ ਲਿਖ ਲਈ ਦਾ ਸ਼ੌਂਕ ਹੈਗਾ ਮਾੜਾ ਮੋਟਾ ਦੱਸੋ ਫਿਰ ਸੁਣਾਓ ਕੋਈ ਗਾਣਾ ਸੁਣਾਉਣਾ ਕਹਿੰਦਾ
ਭਾਵੇਂ ਟੇਡਿਆਂ ਨਹੀਂ ਰਾਹ ਤੱਤੀ ਲੱਗੀ ਨਹੀਂ ਉਹ ਵਾਹ ਨਹੀਂ ਉਹ ਕੀਤੀ ਪਰ ਵਾਹ ਦੇਖ ਪਾਇਆ ਪਿਆ ਗਾ ਕਿਵੇਂ ਇੱਥੋਂ ਤੱਕ ਆਇਆ ਕਦੇ ਭੁੱਲੇ ਨਾ ਭੁਲਾਇਆ ਲਿਖਾ ਪੰਨਿਆਂ 'ਤੇ ਪਹਿਲਾਂ ਜਿਹੜਾ ਇੱਕ ਗਾਇਆ ਆਇਆ ਸਿਖਰਾਂ 'ਤੇ ਦੇਖ ਨਹੀਂ ਮੈਂ ਤਾਂ ਕਰਕੇ ਮੰਗੇ ਪਿੱਠ 'ਤੇ ਦਵਾਵਾਂ ਮੇਰੀ ਮਾਂ ਕਰਕੇ ਹੋਰ ਨਾਲ ਕਿਹੜਾ ਹੁੰਦਾ ਸਾਰੇ ਕਰਦੇ ਪਖੰਡ ਮੂੰਹੋਂ ਕੌੜਾ ਘੁੱਟ ਬੋਲ ਸਾਲੇ ਭਾਲ ਦਿਆ ਖੰਡ ਬੰਦੇ ਚੰਡਦਾਰ ਕੰਨ ਨਹੀਂ ਮੈਂ ਭੰਡਦਾਰ ਕੰਨ ਜਾਣਾ ਸੇਵਿਆਂ ਦੇ ਤੱਕ ਨਹੀਂ ਮੈਂ ਵੰਡਦਾਰ ਕੰਨ ਹੁੰਦੀ ਰੌਲਿਆਂ 'ਤੇ ਕਿਤੇ ਜ਼ਿਆਦਾ ਚੁੱਪ ਹੀ ਆ ਚੰਗੀ ਹੱਥ ਅੱਡਣੇ ਦੇ ਨਾਲੋਂ ਹੁੰਦੀ ਭੁੱਖ ਹੀ ਆ ਚੰਗੀ ਤਾਂ ਹੀ ਅੱਡੇ ਨਹੀਂ ਰਕਾਨੇ ਹੱਥ ਵੱਢੇ ਨਹੀਂ ਰਕਾਨੇ ਮਾੜੇ ਸਮਿਆਂ 'ਚ ਹੱਥ ਕਦੇ ਛੱਡੇ ਨਹੀਂ ਰਕਾਨੇ ਉਹੀ ਨੇ ਯਾਰਾਨੇ ਕਦੇ ਲਾਏ ਨਹੀਂ ਬਹਾਨੇ ਨਹੀਂ ਮੈਂ ਯਾਰਾਂ ਦੇ ਸਿਰਾਂ 'ਤੇ ਮੌਜਾਂ ਲੈਂਦਾ ਆ ਗਿਆ ਸੱਟਾਂ ਦਿਲੇ ਉੱਤੇ ਵੱਜੀਆਂ ਮੈਂ ਸਹਿੰਦਾ ਆ ਗਿਆ ਪਿਆਰ ਕਰੇ ਉਹਨਾਂ ਕਦੇ ਨਹੀਂ ਮੈਂ ਕਹਿੰਦਾ ਆ ਗਿਆ ਸੱਟਾਂ ਦਿਲੇ ਉੱਤੇ ਵੱਜੀਆਂ ਮੈਂ ਸਹਿੰਦਾ ਆ ਗਿਆ ਇਹ ਸ਼ੌਂਕ ਲਈ ਲਿਖਦੇ ਹੋ ਕਿ ਕਦੇ ਕਦੇ ਵੈਸੇ ਹੀ ਮਤਲਬ ਸ਼ੌਂਕ ਲਈ ਲਿਖਦੇ ਜੀ ਮਾੜਾ ਮੋਟਾ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੇਰੇ ਪਿੱਛੇ ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਦੇਖ ਰਹੇ ਹੋ ਔਰ ਗਾਣੇ ਲੱਗੇ ਹੋਏ ਔਰ ਇਹ ਜਿਹੜੀ ਲਾਈਫ ਆ ਇਹ ਉਹਨਾਂ ਲੋਕਾਂ ਨੂੰ ਦੇਖਣੀ ਚਾਹੀਦੀ ਹੈ ਉਹ ਬੱਚਿਆਂ ਨੂੰ ਸਟੂਡੈਂਟਾਂ ਨੂੰ ਦੇਖਣੀ ਚਾਹੀਦੀ ਹੈ ਜਿਹੜੇ ਸਟ੍ਰੈਸ ਦੇ ਵਿੱਚ ਕਿਤੇ ਨਾ ਕਿਤੇ ਕੁਝ ਗਲਤ ਕਦਮ ਚੱਕ ਲੈਂਦੇ ਆ ਔਰ ਪਿੱਛੇ ਬੈਠੇ ਆਪਣੇ ਮਾਪਿਆਂ ਨੂੰ ਕਿਤੇ ਨਾ ਕਿਤੇ ਉਹਦਾ ਦੁੱਖ ਬੜਾ ਲੱਗਦਾ ਔਰ ਜੇ ਉਹ ਇੱਥੇ ਆਏ ਨੇ ਔਰ ਜਿਵੇਂ ਨੌਜਵਾਨਾਂ ਨੇ ਕਿਹਾ ਵੀ ਕੰਮ ਕਰਨ ਵਾਲਾ ਚਾਹੀਦਾ ਕੰਮ ਮਿਲਦਾ ਵਾ ਔਰ ਜਿਹੜੀ ਤੁਹਾਡਾ ਦੁੱਖ ਆ ਇੱਕ ਦੂਜੇ ਨਾਲ ਸ਼ੇਅਰ ਕਰੋ ਤਾਂ ਕਿ ਜਿਹੜਾ ਤੁਹਾਡਾ ਸਟ੍ਰੈਸ ਆ ਕਿਤੇ ਨਾ ਕਿਤੇ ਖਤਮ ਹੋ ਸਕੇ ਔਰ ਜਿਹੜੀ ਇੱਥੇ ਡਾਊਨਟਾਊਨ ਆ ਜਿਹੜਾ ਟੋਰੋਂਟੋ ਇੱਥੇ ਈਟਨ ਸੈਂਟਰ ਦੇ ਬਾਹਰ ਡਾਊਨਟਾਊਨ ਸਕੁਏਅਰ ਜਿਹੜਾ ਇੱਥੇ ਔਰ ਤੁਸੀਂ ਦੇਖੋ ਵੀ ਇੱਥੇ ਕਿਸ ਤਰ੍ਹਾਂ ਲੋਕ ਭੰਗੜੇ ਪਾਉਂਦੇ ਨੇ ਇੰਜੋਏ ਕਰਦੇ ਨੇ ਔਰ ਹਰ ਵਕਤ ਇੱਕੋ ਹੀ ਚੀਜ਼ 'ਚ ਨਹੀਂ ਰਹਿਣਾ ਕਿਉਂਕਿ ਵੀਕਐਂਡ ਦੇ ਉੱਪਰ ਜੇ ਤੁਸੀਂ ਇੱਥੇ ਆਓਗੇ ਤਾਂ ਆਪਣੇ ਆਪ ਨੂੰ ਤੁਸੀਂ ਕੁਝ ਹਲਕਾ ਮਹਿਸੂਸ ਕਰੋਗੇ ਸੋ ਕੈਮਰਾਮੈਨ ਅਨਮੋਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਟੋਰੋਂਟੋ ਕੈਨੇਡਾ।